एक मां सी इस्त्री औरत अख तो ना काणी सी वेखण दे विच रंग रूप नैण नक्श भी बहुता ज्यादा चंगा नहीं सी सोहना नहीं सी। उहदा बच्चा है स्कूल दे विच पढ़दा है उह जदों कदे उह मां स्कूल दे विच अपने पुत्तर नूं छड्डण जां लिआउण कदे जांदी आ ना उह लड़ पैंदा भी नहीं तूं ना आया कर तैनूं वेख के ना ते एक मैं अपनी बेइज्जती इहदे विच महसूस करदा है। मैनूं दूसरे बच्चे कहिंदे भी तेरी मां दा इन्ना डरावना चेहरा है डरदे आ बच्चे। मेरे नाल स्कूल च ना आया कर एक दिन कहिंदे फंक्शन होया स्कूल दे विच सारिआं बच्चिआं दे मां प्यो आए ओह मां भी आई ओह घर जाके ना ਉਹ ਆਪਣੀ ਮਾਂ ਦੇ ਨਾਲ ਇੰਨਾ ਕੁ ਲੜਿਆ ਇਹ ਬੰਦੇ ਦੇ ਉਹਨੇ ਆਪ ਲਿਖੀ ਹੈ ਸੱਚੀ ਕਹਾਣੀ ਹੈ ਜੀ ਬਿਲਕੁਲ। ਇਹ ਬੱਚੇ ਨੇ ਜਿਹੜਾ ਉਹ ਬੱਚਾ ਸੀ ਬਾਅਦ ਦੇ ਵਿੱਚ ਵੱਡਾ ਹੋ ਗਿਆ ਨੌਜਵਾਨ ਉਹਨੇ ਬਾਅਦ ਦੇ ਵਿੱਚ ਆਪ ਇਹ ਲਿਖੀ ਅਖਬਾਰ ਦੇ ਵਿੱਚ ਲਵਾਈ ਕਹਿੰਦਾ ਮੈਂ ਜਿੱਤੇ ਮੇਰੀ ਮਾਂ ਨੂੰ ਉੱਤੇ ਸਕੂਲ ਦੇ ਵਿੱਚ ਵੇਖਿਆ ਮੈਂ ਆਖਿਆ ਸੀ ਵੀ ਤੂੰ ਆਇਆ ਨਾ ਕਰ ਸਕੂਲ ਦੇ ਵਿੱਚ ਤੇਰਾ ਚਿਹਰਾ ਸੋਹਣਾ ਨਹੀਂ ਅੱਖ ਤੋਂ ਕਾਣੀ ਹੈ ਤੂੰ ਦੂਜੇ ਬੱਚੇ ਮੇਰੇ ਮੈਨੂੰ ਜੋ ਮਾੜਾ ਕਹਿੰਦੇ ਇਹਦੇ ਕਰਕੇ ਮੈਂ ਬੇਇੱਜ਼ਤੀ ਮਹਿਸੂਸ ਕਰਦਾ ਤੂੰ ਨਾ ਆਇਆ ਕਰ ਤੂੰ ਅੱਜ ਕਿਉਂ ਆਈ ਮਾਂ ਕਹਿੰਦਾ ਇੰਨਾ ਕੁ ਮੈਂ ਲੜਿਆ ਮੈਂ ਆਪਦੀ ਮਾਂ ਤੇ ਹੱਥ ਵੀ ਚੁੱਕਿਆ ਉਸ ਦਿਨ ਹੱਥ ਵੀ ਚੁੱਕਿਆ ਮੇਰੀ ਮਾਂ ਕਹਿੰਦੀ ਪੁੱਤਰਾ ਗਲਤੀ ਹੋ ਗਈ ਹੁਣ ਨਹੀਂ ਆਉਂਦੀ ਕੋਈ ਗੱਲ ਨਹੀਂ ਤੈਨੂੰ ਦੁਖੀ ਕਰਨਾ ਮੇਰਾ ਕੰਮ ਨਹੀਂ ਤੇਰੀ ਤੇ ਮੈਂ ਖੁਸ਼ੀ ਚਾਹੁੰਦੀ ਹਾਂ ਕੋਈ ਗੱਲ ਨਹੀਂ ਤੂੰ ਦੁਖੀ ਨਾ ਹੋ ਹੋਰ ਮਾਰ ਲੈ ਮੈਨੂੰ ਜੇ ਮਾਰਨ ਅੱਜ ਤੋਂ ਬਾਅਦ ਨਹੀਂ ਆਉਂਦੀ ਕਾਲਜ ਗਿਆ ਕਹਿੰਦਾ ਕਾਲਜ ਦੇ ਵਿੱਚ ਕਦੇ ਮਾਂ ਨੂੰ ਆਉਣ ਨਹੀਂ ਦਿੱਤਾ ਨਾ ਨਾਲ ਲੱਗਿਆ ਜਿੱਥੇ ਵੀ ਕਦੇ ਲੋੜ ਪੈਂਦੀ ਨਾਲ ਨਹੀਂ ਲੱਗਿਆ ਮਾਂ ਨੂੰ ਅੰਦਰ ਅੰਦਰ ਰੱਖਿਆ ਘਰ ਦੇ ਵਿੱਚ ਤੂੰ ਬਾਹਰ ਨਾ ਆਇਆ ਕਰ ਲੋਕ ਮੈਨੂੰ ਮਾੜਾ ਨਾ ਕਹਿਣ ਚੰਗੇ ਨੰਬਰ ਆਏ ਕਾਲਜ ਦੇ ਵਿੱਚੋਂ ਕਹਿੰਦਾ ਜੀ ਨੌਕਰੀ ਮਿਲ ਗਈ ਨੌਕਰੀ ਮਿਲ ਗਈ ਸੋਚਿਆ ਲੈ ਵੀ ਉਹ ਪੋਸਟਿੰਗ ਵੀ ਜੋ ਨੌਕਰੀ ਦੀ ਕਾਰਜਕਾਰੀ ਖੇਤਰ ਸੀ ਜਿਹੜਾ ਉਹ ਆਪਦੇ ਸ਼ਹਿਰ ਤੋਂ ਕਾਫੀ ਦੂਰ ਕਿਤੇ ਹੋਰ ਮਿਲ ਗਿਆ ਜਿਵੇਂ ਬੰਦਾ ਇੱਥੋਂ ਦਾ ਹੋਵੇ ਤੇ ਰਾਜਸਥਾਨ ਡਿਊਟੀ ਲੱਗ ਜਾਏ ਉੱਥੇ ਹੀ ਰਹਿਣ ਲੱਗ ਗਿਆ ਕਿ ਵਧੀਆ ਮਾਂ ਤੋਂ ਖਿਹੜਾ ਛੁੱਟਿਆ ਰੋਜ਼ ਰੋਜ਼ ਉਹ ਡਰਾਉਣਾ ਚਿਹਰਾ ਨਹੀਂ ਦੇਖਣਾ ਪਏਗਾ ਐਂ ਸੋਚਦਾ ਸੀ ਕਹਿੰਦਾ ਮੈਂ ਉਹ ਬੰਦਾ ਆਪ ਦੱਸ ਰਿਹਾ ਜ਼ੁਬਾਨੀ ਚੰਗਾ ਹੋਇਆ ਖਿਹੜਾ ਛੁੱਟਿਆ ਉੱਥੇ ਕਿਰਾਏ ਤੇ ਮਕਾਨ ਲੈ ਲਿਆ ਹੌਲੀ ਹੌਲੀ ਉੱਥੇ ਖਰੀਦ ਲਿਆ ਨੌਕਰੀ ਲੱਗ ਗਈ ਕਹਿੰਦਾ ਮੈਂ ਉੱਥੇ ਬਾਹਰ ਦੀ ਬਾਰੀ ਵਿਆਹ ਕਰਾ ਲਿਆ ਦੱਸਿਆ ਵੀ ਨਹੀਂ ਘਰ ਆਪਣੀ ਮਾਂ ਨੂੰ ਬਾਹਰ ਦੀ ਬਾਰੀ ਵਿਆਹ ਕਰਾਇਆ ਕਹਿੰਦਾ ਇੱਕ ਦਿਨ ਮੈਂ ਆਇਆ ਪਿੰਡ ਤੇ ਮਾਂ ਨੂੰ ਦੱਸਿਆ ਕਿ ਮਾਂ ਮੈਂ ਵਿਆਹ ਕਰਵਾ ਲਿਆ ਉੱਥੇ ਰਹਿਣਾ ਮੈਂ ਬਾਹਰ ਤੇ ਮਾਂ ਕਹਿਣ ਲੱਗੀ ਪੁੱਤਰਾ ਪਾਣੀ ਤੇ ਮੈਂ ਬਾਹਰ ਹੀ ਨਹੀਂ ਮੈਨੂੰ ਦੱਸਿਆ ਹੀ ਨਹੀਂ ਤੂੰ ਐਂ ਕਿਵੇਂ ਨਹੀਂ ਬਸ ਤੂੰ ਰਹਿਣ ਦੇ ਪਾਣੀ ਬਾਹਰ ਨੂੰ ਬਸ ਕਰਵਾ ਲਿਆ ਮੈਂ ਤਾਂ ਦੱਸਣ ਆਇਆ ਤੈਨੂੰ ਵੈਸੇ ਮਿਲਣ ਆਇਆ ਇੱਕ ਵਾਰ ਤੇ ਦੱਸ ਕੇ ਜਾਂਦਾ ਮਾਂ ਨੂੰ ਮਾਂ ਮੈਂ ਅੱਜ ਤੋਂ ਉੱਥੇ ਹੀ ਰਹਾਂਗਾ ਐਂ ਦੱਸਣ ਆਇਆ ਤੂੰ ਮੇਰੀ ਉਡੀਕ ਨਾ ਕਰੀ ਆਪਦੀ ਰੋਟੀ ਪਕਾ ਲਿਆ ਕਰ ਤੇ ਇੱਥੇ ਥੋੜ੍ਹੀ ਬਹੁਤ ਜ਼ਮੀਨ ਹੈ ਪਿੰਡ ਤੇਰਾ ਗੁਜ਼ਾਰਾ ਹੋਈ ਜਾਏਗਾ ਪਕਾ ਲਿਆ ਕਰ ਖਾ ਲਿਆ ਕਰ ਜਿੰਨੀ ਕੁ ਉਮਰ ਤੇਰੀ ਹੈ ਤੇ ਇੱਥੇ ਰਹਿ ਮੈਨੂੰ ਲੱਭਣ ਦੀ ਕੋਸ਼ਿਸ਼ ਨਾ ਕਰੀ ਭੁੱਲ ਕੇ ਵੀ ਮੇਰੇ ਤੱਕ ਨਾ ਪਹੁੰਚ ਕਰੀ ਆਈ ਨਾ ਮੇਰੇ ਕੋਲ ਮੈਂ ਨਹੀਂ ਚਾਹੁੰਦਾ ਮੇਰੇ ਬਾਲ ਬੱਚੇ ਤੇਰਾ ਮੂੰਹ ਇਹ ਦੇਖਣ ਮੈਂ ਚੱਲਿਆ ਗਿਆ ਹੁਣ ਮਾਂ ਦਾ ਹਿਰਦਾ ਹੈ ਆਪਣੇ ਪੁੱਤਰ ਨੂੰ ਵੇਖੇ ਬਿਨਾਂ ਕਿੰਨਾ ਕੁ ਸਮਾਂ ਰਹਿ ਰਹੀ ਆ ਬਾਹਰਲੇ ਦੇਸ਼ ਬੜੀ ਖੁਸ਼ੀ ਖੁਸ਼ੀ ਮਾਂ ਬੱਚਿਆਂ ਨੂੰ ਭੇਜਦੀ ਹੈ ਪਰ ਕਿੰਨਾ ਕੁ ਸਮਾਂ ਰਹਿ ਸਕਦੀ ਹੈ ਸਭ ਤੋਂ ਵੱਧ ਫੋਨ ਕੌਣ ਲਾਉਂਦੀ ਹੈ ਮਾਂ ਲਾਉਂਦੀ ਹੈ ਪੁੱਤਰਾ ਰੋਟੀ ਖਾ ਲਈ ਕਿ ਨਾ ਕਦੋਂ ਆਉਣਾ ਤੂੰ ਪਿੰਡ ਠੀਕ ਤੇ ਹੈ ਸਿਹਤ ਕਿਵੇਂ ਹੈ ਕਮਾਈ ਬਾਰੇ ਸਾਰੇ ਪੁੱਛਦੇ ਆ ਕਮਾਈ ਕਿੰਨੀ ਕਰਦਾ ਫੋਨ ਬਥੇਰੇ ਬੰਦੇ ਨੂੰ ਆਉਂਦੇ ਆ ਪਰ ਜੋ ਫਿਕਰ ਕਰਨ ਵਾਲੀ ਇਕੱਲੀ ਮਾਂ ਫੋਨ ਕਰਦੀ ਹੈ ਹੁਣ ਮਾਂ ਦਾ ਦਿਲ ਕਰਦਾ ਕਿ ਇੱਕ ਵਾਰ ਚਿਹਰਾ ਤੇ ਵੇਖਾਂ ਪੁੱਤਰ ਦਾ ਪਤਾ ਲੈਂਦੀ ਹੈ ਮਾਂ ਅੰਦਰੋਂ ਦਿਲ ਤੜਫਦਾ ਹੈ ਸਹੀ ਤੇ ਹੈ ਨਾ ਠੀਕ ਤੇ ਹੈ ਕਿੱਥੇ ਹੈ ਮੇਰਾ ਪੁੱਤਰ ਕਿਵੇਂ ਨਾ ਕਿਵੇਂ ਉਹਨੂੰ ਕਹਿੰਦੇ ਐਡਰੈਸ ਮਿਲ ਜਾਂਦਾ ਹੈ ਉਹਦਾ ਪੁੱਤਰ ਦਾ ਵੀ ਇੱਥੇ ਆਹ ਸ਼ਹਿਰ ਦੇ ਵਿੱਚ ਇੱਥੇ ਰਹਿੰਦਾ ਫਲਾਣੇ ਘਰ ਦੇ ਵਿੱਚ
किमें ना किमें मां उत्थे पहुंची, उहदे तक पहुंच कर ली। जदों कुंडा खड़काया ना घर जाके, उहदा बच्चा आया कुंडा खोलण, भाव कि उह माई दा पोता। ਉਹ ਜਦੋਂ ਆਇਆ ਨਾ ਕਹਿੰਦੇ ਵੇਖ ਕੇ ਉਹ ਡਰਾਉਣਾ ਚਿਹਰਾ ਇੱਕ ਅੱਖ ਤੋਂ ਕਾਣੀ ਸੀ, ਰੰਗ ਰੂਪ ਬਹੁਤਾ ਸੋਹਣਾ ਨਹੀਂ ਸੀ। ਉਹ ਵੇਖ ਕੇ ਡਰ ਗਿਆ ਤੇ ਚੀਕਾਂ ਮਾਰਨ ਅੰਦਰ ਨੂੰ ਭੱਜ ਗਿਆ। ਅੰਦਰੋਂ ਕਹਿੰਦਾ ਮੈਂ ਗੁੱਸੇ ਦੇ ਵਿੱਚ ਆਪਣੇ ਬੱਚੇ ਨੂੰ ਵੇਖ ਕਰਕੇ ਤੇ ਮੈਂ ਗੁੱਸੇ ਦੇ ਵਿੱਚ ਬਾਹਰ ਨੂੰ ਆਇਆ। ਜਦੋਂ ਦੇਖਿਆ ਨਾ ਆਪਣੀ ਮਾਂ ਨੂੰ ਖੜੀ ਨੂੰ, ਬਿਲਕੁਲ ਨਾ ਕੋਈ ਸਤਿ ਸ੍ਰੀ ਅਕਾਲ ਬੁਲਾਈ, ਨਾ ਕੋਈ ਪੈਰੀ ਹੱਥ, ਬਿਲਕੁਲ ਉਹਦੇ ਉੱਤੇ ਇੱਦਾਂ ਗੁੱਸੇ ਦੇ ਨਾਲ ਪੂਰਾ ਕਹਿੰਦਾ ਟੁੱਟ ਪਿਆ। ਉਹਨੂੰ ਕਿਹਾ ਵੀ ਤੂੰ ਇੱਥੇ ਕੀ ਲੈਣ ਆਈ ਹੈ, ਤੈਨੂੰ ਕਿਹਾ ਸੀ ਨਾ ਆਈ, ਮੈਂ ਤੇਰੇ ਤੋਂ ਖਹਿੜਾ ਛੁਡਾ ਕੇ ਆਇਆ, ਤੂੰ ਫੇਰ ਮੇਰੇ ਪਿੱਛੇ ਆ ਗਈ ਇੱਥੇ ਤੰਗ ਕਰਨ। ਬੱਚੇ ਡਰਾ ਦਿੱਤੇ, ਕਹਿੰਦਾ ਮੈਂ ਬਹੁਤ ਜ਼ਿਆਦਾ ਝਿੜਕਿਆ। ਮਾਂ ਨੇ ਕੀ ਬੋਲਣਾ ਸੀ, ਬਜ਼ੁਰਗ ਮਾਂ ਨੇ ਕਹਿੰਦੀ ਨਹੀਂ ਪੁੱਤਰ ਅੱਜ ਤੋਂ ਬਾਅਦ ਨਹੀਂ ਆਉਂਦੀ। ਮੇਰੇ ਤੇ ਦਿਲ ਦੀ ਤਮੰਨਾ ਸੀ ਇੱਕ ਵਾਰ ਪੁੱਤਰ ਨੂੰ ਭੁੱਖ ਜਿਵੇਂ ਲੱਗਦੀ ਹੈ ਨਾ ਪਾਣੀ ਦੀ, ਬੰਦਾ ਕਹਿੰਦਾ ਜੇ ਬਹੁਤਾ ਨਹੀਂ ਤਾਂ ਘੁੱਟਕ ਪਿਆ ਦਿਓ। ਹੁਣ ਘੁੱਟਕ ਨਾਲ ਤੇਹ ਤੇ ਨਹੀਂ ਮਿਟਣੀ, ਇੱਕ ਮਨ ਸੰਸਾ ਹੋ ਜਾਂਦਾ ਕਿ ਘੁੱਟਕ ਤੇ ਮਿਲ ਗਿਆ। ਉਹ ਕਹਿੰਦੀ ਮੇਰੇ ਮਨ ਦੀ ਇੱਛਾ ਸੀ ਇੱਕ ਵਾਰ ਤੇ ਤੈਨੂੰ ਵੇਖ ਲਵਾਂ, ਮੇਰਾ ਮਨ ਨੂੰ ਥੋੜਾ ਠਹਿਰਾਓ ਮਿਲ ਜਾਏ, ਤੈਨੂੰ ਵੇਖ ਲਿਆ ਬਸ ਹੁਣ ਮੈਂ ਚੱਲੀ ਹਾਂ, ਹੁਣ ਨਹੀਂ ਆਉਂਦੀ। ਕੋਈ ਨਾ ਪੁੱਤਰਾ ਗੁੱਸਾ ਨਾ ਕਰ, ਅੱਜ ਤੋਂ ਬਾਅਦ ਨਹੀਂ ਤੇਰੇ ਬੱਚਿਆਂ ਨੂੰ ਡਰਾਉਣਾ, ਮੈਂ ਹੁਣ ਨਹੀਂ ਆਉਂਦੀ। ਕਹਿੰਦਾ ਚੱਲੀ ਗਈ ਮਾਂ, ਮੈਂ ਉੱਥੇ ਹੀ ਰਹਿਣਾ, ਕੋਈ ਫਿਕਰ ਨਹੀਂ, ਸਭ ਸਹੀ ਚੱਲ ਰਿਹਾ। ਇੱਕ ਦਿਨ ਕਹਿੰਦਾ ਪਿੰਡੋਂ ਜਿੱਥੇ ਮੈਂ ਸਕੂਲ ਦੇ ਵਿੱਚ ਪੜ੍ਹਿਆ ਸੀ ਉੱਥੋਂ ਮੈਨੂੰ ਫੋਨ ਆਉਂਦਾ ਕਿ ਜਿੰਨੇ ਵੀ ਬੱਚੇ ਇੱਥੋਂ ਭਾਈ ਪਹਿਲਾਂ ਪੜ੍ਹ ਕੇ ਗਏ ਨੇ ਅੱਜ ਤੋਂ 10 ਸਾਲ ਪਹਿਲਾਂ, 12 ਸਾਲ 13 ਸਾਲ ਪਹਿਲਾਂ, ਜਿਹੜੇ ਹੁਣ ਚੰਗੀਆਂ ਨੌਕਰੀਆਂ 'ਤੇ ਨੇ, ਤੁਸੀਂ ਆਓ ਸਕੂਲ ਦੇ ਵਿੱਚ ਪ੍ਰੋਗਰਾਮ ਰੱਖਿਆ। ਕਹਿੰਦਾ ਮੈਂ ਗਿਆ, ਮੈਨੂੰ ਸੱਦਿਆ, ਮੈਂ ਗਿਆ ਹੈ ਸਕੂਲ ਦੇ ਵਿੱਚ, ਸਿੱਧਾ ਘਰ ਨਹੀਂ ਗਿਆ ਮਾਂ ਨੂੰ ਮਿਲਣ, ਸਿੱਧਾ ਸਕੂਲ ਦੇ ਵਿੱਚ। ਜਦੋਂ ਆਉਣ ਵੇਲੇ ਨਾ ਕਹਿੰਦਾ ਮੇਰੇ ਧਿਆਨ ਦੇ ਵਿੱਚ, ਕਿਉਂਕਿ ਮਨ ਅਜੇ ਵੀ ਲਾਲਚੀ ਸੀ, ਨੌਕਰੀ ਲੱਗੀ ਹੈ, ਚੰਗਾ ਘਰ ਬਾਰ ਹੈ, ਮਾਂ ਤੋਂ ਦੂਰ ਰਹਿੰਦਾ ਹੈ, ਮਨ ਦੇ ਵਿੱਚ ਲਾਲ ਸੀ ਕਿ ਇੱਥੇ ਥੋੜ੍ਹੀ ਸਾਡੀ ਜ਼ਮੀਨ ਹੈ, ਮਾਂ ਨੇ ਕੀ ਕਰਾਉਣੀ ਹੈ, ਜ਼ਮੀਨ ਬਜ਼ੁਰਗ ਵਸਤ ਹੈ, ਉਹਨੂੰ ਵੀ ਵੇਚ ਕੇ ਮੈਂ ਜਿੰਨੇ ਕੁ ਦੀ ਵਿਕੇਗੀ, ਘਰ ਵੀ ਜਿਹੜਾ ਹੈ ਵੇਚ ਕੇ 1 ਲੱਖ ਦਾ ਵਿਕੇ, 2 ਲੱਖ ਦਾ, ਮੈਂ ਉਹ ਵੀ ਲੈ ਜਾਵਾਂਗਾ। ਇਸ ਲਾਲਚ ਦੇ ਵਿੱਚ ਘਰ ਗਿਆ, ਘਰ ਜਾਂਦਾ ਹੈ, ਇੱਦਾਂ ਸਾਰਾ ਕੁਝ ਖਿੰਡਿਆ ਪਿਆ, ਕੋਈ ਸਾਂਭ ਸੰਭਾਲ ਨਹੀਂ। ਅੰਦਰ ਜਾਂਦਾ ਹੈ, ਬੋਲ ਮਾਰਦਾ ਮਾਂ, ਕੋਈ ਆਵਾਜ਼ ਨਹੀਂ ਆਉਂਦੀ। ਗੁਆਂਢੀ ਆਉਂਦਾ ਇੱਕ ਭੱਜ ਕੇ, ਕਹਿੰਦਾ ਪੁੱਤਰਾ ਤੂੰ ਕੌਣ ਹੈ? ਉਹ ਜਾਣ ਪਛਾਣ ਕਰਦਾ, ਦੱਸਦਾ ਹੈ, ਕਹਿੰਦਾ ਤੇਰੀ ਮਾਂ ਨੂੰ ਮਰੇ ਨੂੰ ਅੱਜ 10 ਦਿਨ ਹੋ ਗਏ, ਉਹ ਕਾਲ ਚਲਾਣਾ ਕਰ ਗਈ, ਸਰੀਰ ਛੱਡ ਗਈ, 10 ਦਿਨ ਹੋ ਗਏ। ਉਹ ਕਹਿੰਦਾ ਮੈਂ ਖੁਸ਼ ਹੋਇਆ ਵੀ ਚਲੋ ਜਾਣ ਛੁੱਟੀ, ਘਰ ਵੇਚਦੇ ਫੇਰ ਇਹਨੂੰ ਕਿਤੇ ਰੱਖਣਾ ਪੈਣਾ ਸੀ, ਹੁਣ ਘਰ ਵੇਚ ਦਿਆਂਗਾ, ਜ਼ਮੀਨ ਵੇਚ ਦਿਆਂਗਾ, ਆਪਦਾ ਖੁਸ਼ੀ ਖੁਸ਼ੀ ਰਹਾਂਗਾ, ਮੇਰਾ ਖਿਹੜਾ ਛੁੱਟ ਗਿਆ। ਕਹਿੰਦਾ ਮੈਂ ਖੁਸ਼ ਹੁੰਦਾ ਸੀ, ਪਰ ਉਹ ਮੈਨੂੰ ਕਹਿੰਦਾ, ਕਹਿੰਦਾ ਪੁੱਤਰਾ ਤੇਰੀ ਮਾਂ ਤੇ ਸਰੀਰ ਛੱਡ ਗਈ, ਆ ਚਿੱਠੀ ਇੱਕ ਤੇਰੇ ਵਾਸਤੇ ਦੇ ਕੇ ਗਈ ਸੀ, ਇਹ ਪੜ੍ਹ ਲਈ। ਕਹਿੰਦਾ ਮੈਂ ਫੜ ਕੇ ਚਿੱਠੀ ਤੇ ਉੱਥੇ ਮੰਜਾ ਡਾਇਆ, ਘਰੇ ਤੇ ਬੈਠ ਗਿਆ। ਪਹਿਲਾਂ ਦਿਲ ਨਹੀਂ ਸੀ ਕਰਦਾ ਪੜ੍ਹਨ ਨੂੰ ਵੀ ਹੁਣ ਤੇ ਗਈ ਮਾਂ, ਹੁਣ ਕੀ ਲੈਣਾ ਪੜ੍ਹ ਕੇ ਚਿੱਠੀ, ਹਾਲ ਚਾਲ ਪੁੱਛਦੀ ਹੋਏਗੀ ਕੀ ਦੱਸਾਂਗਾ। ਫਿਰ ਮੈਂ ਆਖਿਆ ਚਲੋ ਪੜ੍ਹ ਲੈਂਦੇ ਹਾਂ। ਕਹਿੰਦਾ ਮੈਂ ਚਿੱਠੀ ਖੋਲੀ, ਜਦੋਂ ਪੜ੍ਹਨੀ ਸ਼ੁਰੂ ਕੀਤੀ ਉਹਨਾਂ ਦੇ ਵਿੱਚ ਲਿਖਿਆ, ਪੁੱਤਰਾ ਤੂੰ ਮੈਨੂੰ ਕਹਿੰਦਾ ਸੀ ਨਾ ਤੂੰ ਕਾਣੀ ਆ, ਅੱਕ ਤੂੰ, ਤੇਰਾ ਚਿਹਰਾ ਡਰਾਉਣਾ ਹੈ, ਤੂੰ ਸਕੂਲ ਦੇ ਵਿੱਚ ਨਾ ਆਇਆ ਕਰ, ਤੂੰ ਬਹੁਤੀ ਜ਼ਿਆਦਾ ਸੋਹਣੀ ਨਹੀਂ, ਤੂੰ ਇੱਦਾਂ ਇੱਦਾਂ ਕਹਿੰਦਾ ਸੀ। ਪਰ ਨਹੀਂ ਪੁੱਤਰਾ, ਮੈਂ ਬੜੀ ਸੋਹਣੀ ਸੀ, ਮੇਰੇ ਇੱਕ ਨਹੀਂ ਸੀ, ਦੋਨੇ ਹੀ ਅੱਖਾਂ ਸੀ ਪਹਿਲਾਂ, ਇਹ ਤੇ ਬਚਪਨ ਦੇ ਵਿੱਚ ਤੂੰ ਖੇਡਦਾ ਫਿਰਦਾ ਸੀ, ਤੇਰੀ ਅੱਖ ਦੇ ਵਿੱਚ ਡੱਕਾ ਤੂੰ ਮਰਵਾ ਲਿਆ, ਤੇ ਡਾਕਟਰ ਕਹਿੰਦੇ ਵੀ ਇਹਦੀ ਅੱਖ, ਇਹਦੀ ਰੋਸ਼ਨੀ ਚਲੀ ਜਾਏਗੀ ਇੱਕ ਅੱਖ ਦੀ, ਤੇਰੇ ਇੱਕ ਅੱਖ ਰਹਿੰਦੀ ਸੀ। ਮੈਂ ਆਖਿਆ ਨਹੀਂ ਡਾਕਟਰ ਸਾਹਿਬ, ਮੇਰੀ ਅੱਖ ਇੱਕ ਕੱਢ ਕੇ ਦੇ ਪਾ ਦਿਓ, ਪਰ ਮੇਰੇ ਬੱਚੇ ਦੀ ਜ਼ਿੰਦਗੀ ਜੋ ਸਹੀ ਹੋਣੀ ਚਾਹੀਦੀ ਹੈ, ਸਾਫ਼ ਸੁਥਰੀ ਹੋਣੀ ਚਾਹੀਦੀ ਹੈ। ਇਹ ਪੁੱਤਰਾ ਮੈਂ ਤੇਰੇ ਕਰਕੇ ਇੱਦਾਂ ਹੋਈ, ਤੇਰੇ ਕਰਕੇ ਬਦਸੂਰਤ ਹੋਈ,
अपना सुहागण तेरे करके गवाया। हो सकता जो तू चिट्ठी पढ़े उदो मैं ना होवां, यह भी लिखे है क्योंकि मैनू मेरी मौत नजदीक जापदी है। कहिंदा मेरी धार निकल गई, अखां दे विचों अथरू आ गए, नम हो गया, मैं डिग गया बिल्कुल कि मैं एवें मां नूं बुरा भला कहिंदा रहा। ते उस दिन फिर मां नूं याद करदा है, जे मां हुंदी अज जिउंदी जे मां हुंदी अज जिउंदी।